ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤੀ ਗਿਆਨ ਦੀ ਰਵਾਇਤ ਵਿੱਚ ਡੂੰਗਾ ਵਿਸ਼ਵਾਸ ਹੈ। ਉਹ ਹਮੇਸ਼ਾ ਇਸ ਦੀ ਪੈਰਵੀ ਕਰਦੇ ਨੇ ਅਤੇ ਹਰ ਰੋਜ਼ ਯੋਗਾ ਦਾ ਅਭਿਆਸ ਕੀਤਾ ਜਾਂਦਾ ਹੈ। ਉਹਨਾਂ ਦੇ ਉਦਮਾ ਸਦਕਾ ਸੰਯੁਕਤ ਰਾਸ਼ਟਰ ਨੇ ਹਰਵਰੇ 21 ਜੂਨ ਨੂੰ ਵਿਸ਼ਵ ਯੋਗ ਦਿਵਸ ਵਜੋਂ ਐਲਾਨਿਆ ਦਸੰਬਰ 2014 ਦੇ ਆਪਣੀ ਮਨ ਕੀ ਬਾਤ ਪ੍ਰੋਗਰਾਮ ਦੀ ਕੜੀ ਵਿੱਚ ਉਹਨਾਂ ਨੇ ਇਸ ਦਾ ਜ਼ਿਕਰ ਕੀਤਾ। ਯੂਨਾਈਟਿਡ ਨੇਸ਼ਨ ਨੇ ਯੋਗ ਕੋ पूरा विश्व 21 जून को योग दिवस में माने इसके लिए स्वीकृति दी भारत के लिए ये बहुत ही गौरव का आनंद का अवसर है सदियों से हमारे पूर्वजों ने इस महान परंपरा को विकसित किया था उसने आज विश्व जुड़ गया योग व्यक्ति के जीवन में तो लाभ करता था लेकिन योग ने यह भी दिखाई दिया ਉਹ ਦੁਨੀਆ ਨੂੰ ਜੋੜਨੇ ਦਾ ਕਾਰਨ ਬਣ ਸਕਦਾ ਹੈ ਸਾਰੀ ਦੁਨੀਆ ਯੋਗ ਦੇ ਮੁੱਦੇ ਪਰ ਯੂਨੈਨ ਮੇ ਜੁੜ ਗਈ